ਔਰ ਰਾਹੋ ਰੋਡ ਨੇੜੇ ਬਲਾਕ ਕਰੀਬ 2 ਸਾਲ ਪਹਿਲਾਂ ਗ੍ਰਾਮ ਪੰਚਾਇਤ ਵੱਲੋਂ ਟੋਆ ਪੁੱਟ ਕੇ ਪੈਪ ਲੈਣ ਦਾ ਕੰਮ ਕੀਤਾ ਗਿਆ ਸੀ। ਕਈ ਵਾਰ ਖਬਰਾਂ ਵੀ ਲੱਗੀਆਂ। ਨਵਾਂ ਸ਼ਹਿਰ ਦੁਆਬਾ ਯੂਟਿਊਬ ਚੈਨਲ ਅਕਸਰ ਹੀ ਇਸ ਟੋਏ ਸੰਬੰਧੀ ਖਬਰਾਂ ਲਗਾਉਂਦਾ ਰਿਹਾ ਹੈ, ਪਰ ਉਸ ਵਕਤ ਟੋਆ ਪੂਰਨ ਦੀ ਗੱਲ ਪੰਚਾਇਤ ਵੱਲੋਂ ਕੀਤੀ ਜਾਂਦੀ, ਪਰ ਪ੍ਰਣਾਲਾ ਉੱਥੋਂ ਦਾ ਉੱਥੇ ਰਿਹਾ। ਸਥਾਨਕ ਵਾਸੀਆਂ ਨੇ ਦੱਸਿਆ ਕਈ ਵਾਰ ਐਕਸੀਡੈਂਟ ਹੋ ਚੁੱਕੇ ਹਨ, ਪਰ ਕੋਈ ਵੀ ਪੰਚਾਇਤ ਇਸ ਪਾਸੇ ਵੱਲ ਧਿਆਨ ਨਹੀਂ ਦੇ ਰਹੀ। ਅਤੇ ਅੱਜ ਸ਼ਨੀਵਾਰ ਇੱਕ ਟਰੈਲੀ ਟਰੈਕਟਰ ਇਸ ਪੁੱਟੇ ਗਏ ਟੋਏ ਦੇ ਕਾਰਨ ਸੜਕ ਵਿੱਚ ਪਲਟ ਗਿਆ। ਬਹੁਤ ਵੱਡਾ ਹਾਦਸਾ ਹੋ ਸਕਦਾ ਸੀ। 4 ਘੰਟੇ ਬੀਤ ਜਾਣ 'ਤੇ ਵੀ ਰਸਤਾ ਸਾਫ਼ ਨਹੀਂ ਕੀਤਾ ਗਿਆ। ਕੀ ਕਿਸੇ ਦੀ ਜਾਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ? ਤਦ ਹੀ ਇਹ ਟੋਇਆ ਪੂਰਿਆ ਜਾਵੇਗਾ। ਇਸ ਮੌਕੇ ਦੇ ਉੱਪਰ JVC ਵਾਲੇ ਅਤੇ ਟਰੈਲੀ ਟਰੈਕਟਰ ਜਿਸ ਦੀ ਪਲਟੀ ਹੋਈ ਸੀ ਉਹ ਵੀ ਆਪਸੀ ਝਗੜਦੇ ਦੇਖੇ ਗਏ। ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦੁਆਬਾ ਯੂਟਿਊਬ ਚੈਨਲ 'ਤੇ ਕਸ਼ਮੀਰੀ ਲਾਲ ਕੈ। ਇਹ ਕੀ ਗੱਲ ਹੋ ਗਈ ਤੁਸੀਂ ਜਿਹੜਾ ਝਗੜ ਰਹੇ ਆ? ਭਾਜੀ ਇਹਨੇ ਮਸ਼ੀਨ ਮੰਗਾ ਲਈ ਆ ਸਾਡੀ। ਤੂੰ ਤੁਹਾਡਾ ਕਿੱਥੋਂ ਆਏ ਤੁਸੀਂ? ਸਾਧੋਂ ਤੇ ਆਏ। ਨਾਂ ਕੀ ਆ? ਜਸਵੰਤ ਸਿੰਘ ਮੇਰਾ। ਅੱਛਾ, ਚੱਕਰ ਕੀ ਹੋਇਆ? ਇਹ ਕਹਿੰਦਾ ਮੇਰੀ ਟਰੈਲੀ ਰਾਹ ਦੇ ਵਿੱਚ ਪਲਟੀ ਹੋਈ ਆ। ਅੱਛਾ, ਕਹਿੰਦਾ ਕਢਾ ਦਿਓ ਸਾਨੂੰ। ਸਾਨੂੰ ਕੀ ਪਤਾ, ਹੁਣ ਜਾਇ ਤਾਂ ਨਹੀਂ ਲੱਗ ਰਹੀ, ਇਹ ਸਾਡੀ ਥੋੜੀ ਗਲਤੀ ਆ, ਇਹ ਬੰਦਿਆਂ ਨਾਲ ਕੰਮ ਹੋਣਾ ਨਹੀਂ। ਹੁਣ ਰੋਲਾ ਕੀ ਆ? ਉਹ ਕੀ ਕਹੇ? ਉਹ ਸਾਡੇ ਪੈਸੇ ਤਾਂ ਦੇਵੇ, ਅਸੀਂ ਮਸ਼ੀਨ ਲਿਆਂਦੀ, ਅਸੀਂ ਖਰਚਾ ਤਾਂ ਲੈਣਾ ਹੀ ਆ। ਅਸੀਂ ਪੈਸੇ ਨੂੰ ਕੀ ਕਹਿੰਦਾ? ਹੁਣ ਪੈਸੇ ਦਿੰਦਾ ਨਹੀਂ। ਹੁਣ ਇਹ ਕਿੰਨੇ ਬਣਦੇ ਆ? 2000 ਰੁਪਏ ਇਹਨੇ ਕੀਤਾ। 2000 ਰੁਪਏ ਸਾਡਾ ਦੇ ਦੇਵੇ, ਅਸੀਂ ਜਾਈਏ। ਆਪੇ 2000 ਦੇ ਤੂੰ, ਅਸੀਂ ਜਾਈਏ। ਫਿਰ ਮਾਲਕ ਦੀ ਥੋੜ੍ਹੀ ਯਾਰ ਗੱਲ ਹੋ, ਤੂੰ ਸਾਨੂੰ ਪੈਸੇ ਦੇ। ਤੁਸੀਂ ਟਰੈਲੀ ਟਰੈਕਟਰ ਦੇਖ ਸਕਦੇ ਹੈਗੇ ਆ, ਇਹ ਕਾਫੀ ਦੇਰ ਤੋਂ ਜਿਹੜਾ ਆ ਕਿ ਇਹ ਐਕਸੀਡੈਂਟ ਹੋਇਆ ਇੱਥੇ ਖੜ੍ਹਾ ਹੈਗਾ, ਲੇਕਿਨ ਇੱਥੇ ਇੱਕ ਰੋਲਾ ਕੀ ਪੈ ਗਿਆ ਹੈਗਾ ਕਿ ਜਿਹੜੀ ਆ JVC ਮਸ਼ੀਨ ਮੰਗਾਈ ਸੀ ਇਹਦੇ ਨਾਲ ਉਹ ਪਰੇ ਨਹੀਂ ਹਟ ਸਕੀ। ਹੁਣ ਟਰੈਕਟਰ ਦੇ ਮਾਲਕ ਦਾ, ਟਰੈਲੀ ਦੇ ਦਾ ਅਤੇ ਇਹਨਾਂ ਦਾ ਆਪਸੀ ਝਗੜਾ ਪੈ ਗਿਆ। ਉਹ ਪੈਸੇ, ਉਹ ਕਹਿ ਰਿਹਾ ਕਿ ਸਾਨੂੰ ਪੈਸੇ ਦਿਓ, ਪਰ ਉਹ ਉੱਧਰੋਂ ਕਹਿ ਰਿਹਾ ਆ ਕਿ ਮੈਂ ਜਦ ਤੱਕ ਟਰੈਲੀ ਦਾ ਪੂਰਾ ਹੱਲ ਨਹੀਂ ਹੁੰਦਾ ਮੈਂ ਪੈਸੇ ਕਿੱਥੋਂ ਦੇਵਾਂ। ਇਹ ਮਾਮਲਾ ਜਿਹੜਾ ਆ, ਟ੍ਰੈਫਿਕ ਜਾਮ ਹੋਈ ਪਈ ਆ ਔਰ ਮਾਮਲਾ ਇਹਨਾਂ ਦਾ ਆਪਸੀ ਝਗੜੇ ਦਾ ਬਣਦਾ ਜਾ ਰਿਹਾ ਹੈਗਾ ਆ, ਜਿਸ ਕਰਕੇ ਜਿਹੜੀ ਆ ਕਿ ਇਹ ਟਰੈਕਟਰ ਜਿਹੜਾ ਆ ਅਤੇ ਟਰੈਲੀ ਜਿਹੜੀ ਹੈਗੀ ਇੱਥੋਂ ਨਹੀਂ ਹਟਾਈ ਜਾ ਰਹੀ ਹੈਗੀ। ਟੋਏ ਬਾਰੇ ਭਾਈ ਅਸੀਂ ਤਾਂ ਕਹਿੰਦੇ ਇਹਨੂੰ ਭਰਨਾ ਚਾਹੀਦਾ, ਕਿਉਂਕਿ ਰਾਤ ਬਰਾਤੇ ਬੰਦਾ ਭੁਲੇਖੇ ਨਾਲ ਵੀ ਜਾ ਵਿੱਚ ਡਿੱਗ ਸਕਦਾ ਆ। ਕਿੰਨਾ ਕੁ ਚਿਰ ਹੋ ਗਿਆ ਇੱਥੇ? ਬਹੁਤ ਚਿਰ ਉਹ ਦੇਖਦੇ ਹਾਂ, ਸਾਨੂੰ ਵੀ 2 ਸਾਲ ਹੀ ਹੋ ਗਏ ਦੇਖਦੇ ਨੂੰ। ਅਸੀਂ ਤਾਂ ਨੰਗੀ ਰੋਜ਼ ਨੰਗੀ ਦਾ, ਮੇਰਾ ਪਿੰਡ ਫਾਂਬੜਾ ਆ। ਅੱਛਾ, ਦੇਖੀ ਤਾਂ ਆ ਵੀ ਇਹ ਹਰ ਵੇਲੇ ਜਿਹੜੇ ਇੱਦਾਂ ਰਹਿੰਦਾ, ਖਤਰੇ ਦਾ ਹੀ ਬਣਿਆ ਰਹਿੰਦਾ ਇਹਦਾ, ਕਿਸੇ ਵੇਲੇ ਵੀ ਕੋਈ ਬੰਦਾ ਇਹਦਾ ਡਿੱਗ ਸਕਦਾ। ਲੇਕਿਨ ਕੋਈ ਇਹਨੂੰ ਕਰਦਾ ਨਹੀਂ? ਨਹੀਂ, ਕੋਈ ਨਹੀਂ ਕਰਦਾ, ਇਹਦਾ ਗੌਰ ਹੀ ਨਹੀਂ ਕਰਦਾ ਕੋਈ ਵੀ ਜੀ। ਅੱਜ ਐਕਸੀਡੈਂਟ ਹੋ ਗਿਆ, ਅੱਜ ਐਕਸੀਡੈਂਟ, ਦੇਖੋ ਹੋਰ ਵੀ ਕੋਈ ਵੱਡਾ ਨੁਕਸਾਨ ਹੋ ਸਕਦਾ, ਕਿਸੇ ਜਾਨ ਵੀ ਜਾ ਸਕਦੀ ਸੀਗੀ। ਹੋਰ ਵੀ ਕਿੰਨਾ ਇੰਨਾ ਵੱਡਾ ਐਕਸੀਡੈਂਟ ਹੋਇਆ, ਰੱਬ ਨਾ ਕਰੇ ਕੋਈ ਮੂਹਰੋਂ ਕੁਛ ਆ ਨਹੀਂ, ਕੋਈ ਥੱਲੇ ਆ ਜਾਂਦੀ ਫਿਰ ਵੀ ਕਿੰਨਾ ਨੁਕਸਾਨ ਹੋਣਾ। ਇਹਦੇ ਥੋੜ੍ਹਾ ਧਿਆਨ ਦੇਣਾ ਚਾਹੀਦਾ ਸਾਰਿਆਂ ਨੂੰ, ਜੋ ਵੀ ਇੱਥੇ ਦਾ ਪ੍ਰਸ਼ਾਸਨ ਆ ਉਹ ਦੇਖਣਾ ਚਾਹੀਦਾ। ਨਹੀਂ ਤੇ ਪੰਚਾਇਤ ਦਾ ਹੋਵੇ, ਕਹਿੰਦੇ ਆ ਪੰਚਾਇਤ ਵੀ ਹੈ ਜਾਂ ਕੋਈ ਸਰਕਾਰ, ਪੰਚਾਇਤ ਨੇ ਪਟਾਇਆ, ਪੰਚਾਇਤ ਦੇ ਪੂਰੂਗੀ ਹੁਣ ਦਾ ਭਲਾ ਕਿੱਡਾ ਬੜਾ ਕੰਮ ਸੀ। ਲੇਕਿਨ ਪੰਚਾਇਤ ਤਾਂ 1 ਸਾਲ ਤੋਂ ਪੂਰ ਨਹੀਂ ਰਹੀ। ਫੇਰ ਬਸ ਇਹ ਹੁਣ ਤੁਸੀਂ ਪੁਰਾਣਾ ਚਿਰ ਹੋ ਗਿਆ ਟੋਏ ਨੂੰ ਜੀ? ਉਹ 1.5 ਸਾਲ ਹੋ ਗਿਆ। ਅੱਛਾ, ਡੂਰ ਤੋਂ ਵੀ 2 ਸਾਲ ਹੋ ਗਏ ਇਹਨੂੰ ਬੱਟੇ ਨੂੰ ਮੁੜ ਕੇ, ਕਿਸੇ ਨੇ ਬਾਤ ਨਹੀਂ ਪੁੱਛੀ, ਨਾ ਪੰਚਾਇਤ ਵਾਲਿਆਂ ਨੇ, ਪੰਚਾਇਤ ਵਾਲਿਆਂ ਨੇ ਪਟਾਇਆ, ਪੰਚਾਇਤ ਵਾਲੇ ਬਾਤ ਨਹੀਂ ਪੁੱਛਦੇ ਜੀ। ਉਹ ਦੇਖੋ ਅੱਜ ਐਕਸੀਡੈਂਟ ਹੋ ਗਿਆ, ਐਕਸੀਡੈਂਟ ਪਤਾ ਨਹੀਂ ਕਿੰਨੇ ਹੋ ਗਏ ਇੱਥੇ, ਕਿ ਬਥੇਰੇ ਬਾਰੇ ਮੋਟਰਸਾਈਕਲ ਦੇ ਪੈਕੇ। ਹਾਂਜੀ ਹਾਂਜੀ, ਕਈ ਐਕਸੀਡੈਂਟ ਹੋ ਚੁੱਕੇ ਇਧਰ ਪੇ। ਅੱਛਾ, ਕਾਫੀ ਮੋਟਰਸਾਈਕਲ ਕਈ ਦੇਗੇ ਇਹਦੇ ਵਿੱਚ, ਕਾਫੀ ਹੋ ਚੁੱਕੇ। ਹਾਂ ਐਕਸੀਡੈਂਟ, ਤੁਸੀਂ ਔੜਤੇ ਹੀ ਇੱਥੇ ਇਹਨੇ ਨੇ? ਅੱਛਾ, ਇਹ ਟੋਏ ਟੋਆ ਨਹੀਂ ਮਤਲਬ ਭਰਿਆ ਕਿਸੇ ਨੇ? ਇਹ ਟੋਆ ਨਹੀਂ ਭਰਿਆ। ਸਾਡੀ ਮੰਗ ਕੀ ਆ ਹੁਣ? ਇਹਦਾ ਟੋਆ ਬੰਦ ਕਰਕੇ ਬੰਦ ਕਰਨਾ ਚਾਹੀਦਾ, ਕਿ ਤਾਂ ਐਕਸੀਡੈਂਟ ਹੋ ਜੂਗਾ। ਇਹ ਮੁੜ ਕੇ ਭਾਈ ਉਹ ਗੱਲ ਨਹੀਂ, ਬਾਟੇ ਨਹੀਂ ਬੋਲਦੇ ਜੀ, ਟੈਬਲ ਨੇ ਪਾਈ ਵੀ ਆ, ਇਹ ਟੋਪਰ ਨੇ।
ਜੀ ਤੁਹਾਡਾ ਨਾਮ ਕੀ ਆ? ਹਾਂਜੀ ਨਾਂ ਕੀ ਤੁਹਾਡਾ? ਜਿੰਦਰ ਸਿੰਘ ਜੀ। ਅੱਛਾ ਕਿੱਥੋਂ ਆਏ ਆ? ਹਾਂਜੀ ਕਿੱਥੋਂ ਆਏ ਤੁਸੀਂ? ਮਾਛੀਵਾੜੇ ਤੋਂ। ਇਹ ਟਰੈਲੀ ਵਿੱਚ ਕੀ ਭਰਿਆ ਆ? ਇਹ ਜੀ ਕੁਤਰਾ ਭਰੀ ਕੁਤਰਾ। ਅੱਛਾ ਇਹ ਜਾਣਾ ਕਿੱਥੇ ਸੀ? ਲੁਧਿਆਣੇ ਜੀ। ਇਹ ਕਿੱਦਾਂ ਹੋਇਆ ਇਹ? ਕਹਿਣ ਦਾ ਮਤਲਬ ਟੋਏ ਦੀ ਵਜ੍ਹਾ ਕਾਰਨ ਇਹ ਹੋਇਆ। ਹਾਂਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ। ਅੱਛਾ ਮੰਗੇ ਮਿੱਟੀ ਪਾਉਣੇ ਪੂਰਾ ਕਰਨ। ਤੁਹਾਡਾ ਹੁਣ ਦੇਖੋ ਨੁਕਸਾਨ ਵੀ ਹੋ ਗਿਆ। ਨੁਕਸਾਨ ਹੋ ਗਿਆ ਦੇਖੋ ਕਿੰਨੇ ਹੋ ਗਏ। ਠੀਕ ਹੈ। ਤੁਸੀਂ ਪਿੰਡ ਰਸੂਲਪੁਰ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਇਹ ਰਸੂਲਪੁਰ ਵਿੱਚ ਦੱਸਿਆ ਜਾ ਰਿਹਾ ਕਿ ਐਕਸਲ ਟੁੱਟਣ ਦੇ ਕਾਰਨ ਜਿਹੜਾ ਆ ਕਿ ਇਹ ਇਸ ਤਰ੍ਹਾਂ ਹੋਇਆ, ਪਰ ਮਾਲਕ ਦਾ ਸ਼ੁਕਰ ਆ ਜਾਨ ਕਿਸੇ ਦੀ ਬਚ ਗਈ ਹੈਗੀ ਆ। ਲੇਕਿਨ ਟਰੈਕਟਰ ਦਾ ਤੁਸੀਂ ਹਾਲ ਦੇਖ ਸਕਦੇ ਹੋ। ਉਹ ਟਰੈਕਟਰ ਦਾ ਕੀ ਹਾਲ ਆ? ਕਟੇ ਹੋਏ ਸੈੱਲਾਂ ਦਾ ਜ਼ਬਰਦਸਤ ਇਲਾਜ, ਇੱਕ ਪੁੜੀ ਖਾਓ 5 ਘੰਟੇ ਦੇ ਵਿੱਚ ਤੁਸੀਂ ਦੇਖੋਗੇ ਜ਼ਬਰਦਸਤ ਅਸਰ। ਮੋਬਾਈਲ 9973 79 499, ਫੀਸ ਸ਼ਰਧਾ ਅਨੁਸਾਰ ਦੇਖ ਕੇ ਇਲਾਜ ਕਰਾਓ। ਨਵਾਂ ਸ਼ਹਿਰ ਦੁਬਾਬਾ ਯੂਟਿਊਬ ਚੈਨਲ, ਸੰਪਰਕ 9973 79 499।